ਆਇਓ ਨਾ ਉਰੇ, ਗੱਲ ਸੁਣਿਓ। ਦੱਸੋ ਫੀਸ ਦਾ ਕਹਿਣ ਡੈਡੀ ਸੰਦੀਪ, ਤੇ ਓਹਨੂੰ ਮੈਂ ਕਿਹਾ ਮੈਂ ਤੇ ਡੈਡੀ ਨਾਲ ਸਲਾਹ ਕਰਕੇ ਦੱਸਦੀ ਆ। ਸਲਾਹ ਕਾਹਦੀ ਕਰਨੀ ਆ, ਓਹਨੇ ਕਿੱਥੇ ਤੁਰੀ ਫਿਰਨਾ, ਮੈਂ ਤਾਰਨੀਆਂ ਫੀਸਾਂ ਤਾਰ ਆਵਾਂਗੇ। ਕੁਲਵਿੰਦਰ ਨਾਲ ਗੱਲ ਕਰਦੇ, ਆਪੇ ਕਹੂਗਾ ਓਹਨੂੰ। ਸੂਟ ਬਣਾ ਕੇ ਲਿਆਉਂਦੀਆਂ, ਸਲਾਰੇ ਕਦੀ ਲਿਆਉਂਦੀਆਂ, ਕਦੀ ਕੋਹ ਲੈ ਸੂਟ ਲਿਆਉਂਦੀਆਂ, ਇਹਨਾਂ ਦੇ ਰਿਵਾਜ ਹੀ ਨੀ ਪੂਰੇ ਹੁੰਦੇ। ਕੋਈ ਨੀ, ਕਰਦੇ ਸਲਾਹ ਓਹਨਾ ਵੀ, ਅਸੀਂ ਆਪ ਤਾਰਨੇ ਆ, ਕੋਈ ਗੱਲ ਨੀ, ਫੀਸ ਹੀ ਤਾਰਨੀ ਆ। ਆਹੋ, ਅਸੀਂ ਆਪ ਤਾਰ ਆਵਾਂਗੇ ਜਾ ਕੇ, ਦੋਵੇਂ ਜਾਣੇ ਹੈਗੇ ਨਾ, ਅਸੀਂ ਜਾਣ ਵਾਲੇ, ਇਹਨਾਂ ਨੂੰ ਕੀ ਲੋੜ ਵਾਲੇ ਜਾਣ ਦੀ। ਜੇ ਕੁਲਵਿੰਦਰ ਆਖੂਗਾ ਨਾ ਵੀ ਅਸੀਂ ਤਾਰ ਆਉਂਦੇ, ਫੇਰ ਚੱਲ ਓਹਨੂੰ ਘਲਾ ਦਾਂਗੇ ਕੁਲਵਿੰਦਰ ਨੂੰ। ਚੱਲ ਠੀਕ ਠੀਕ, ਚੰਗਾ। ਬਨਾਨਾ ਸੇਕ ਬਣਾ ਕੇ ਪਿਆਲ ਦੀ ਡੈਡੀ ਨੂੰ ਤੇ ਮੰਮੀ ਨੂੰ, ਇਹਨਾਂ ਨੇ ਮੰਨ ਹੀ ਜਾਣਾ ਵਾ। ਏਦਾਂ ਖਵਾ ਲੂ ਪਿਆਲੂਗੀ ਨਾ, ਇੰਨੇ ਚ ਬਜੁਰਗ ਜਿਹੜੇ ਖੁਸ਼ ਹੋ ਜਾਂਦੇ ਆ ਕਿ ਸਾਡੀ ਨੂੰਹ ਸੇਵਾ ਕਰਦੀ ਆ, ਤੇ ਇਹਨਾਂ ਨੂੰ ਉਹ ਪਿਆਲਦੀ ਆ। ਇਹਨਾਂ ਮੰਮੀ ਜਾਣਾ, ਇੱਕ ਵਾਰ ਦੌੜ ਕੇ ਪੁੱਛ ਹੀ ਆਵਾ ਕਮਰੇ ਚ ਮੰਮੀ ਨੂੰ ਕਿ ਡੈਡੀ ਕੀ ਕਹਿ ਕੇ ਗਿਆ ਵਾ, ਡੈਡੀ ਨੂੰ ਆਵਾਜ਼ ਤੇ ਮੰਮੀ ਨੇ ਮਾਰੀ ਸੀ, ਪੁੱਛ ਕੇ ਆਉਂਦੀ ਭਲਾ। ਮੰਮੀ ਜੀ, ਹਾਂਜੀ, ਪੁੱਛਿਆ ਡੈਡੀ ਨੂੰ ਤੁਸੀਂ ਬੁਲਾਇਆ ਤਾਂ ਹੈਗਾ ਸੀ? ਪੁੱਛਿਆ ਸੀ, ਉਹ ਕਹਿੰਦਾ ਕੁਲਵਿੰਦਰ ਸਾਂ ਆਖੂਗਾ ਤਾਂ ਫੇਰ ਜਾਣ ਦੇਣਾ ਨੀ ਤਾਂ ਨਹੀਂ। ਅੱਛਾ, ਹਾਂ ਮੰਮੀ ਜੀ, ਉਹਨਾਂ ਨੇ ਕਿੱਥੋਂ ਮੰਨਣਾ ਵਾ, ਉਹਨਾਂ ਕਹਿਣਾ ਮੰਮੀ ਡੈਡੀ ਘਰਦੇ ਆ, ਤੇ ਮੇਰਾ ਇਰਾਦਾ ਸੀ ਚੱਲ ਮੈਂ ਨਾਪਰੇ ਦੀ ਟੀਚਰ ਨੂੰ ਕਰਾਂ ਮੇਰੇ ਲਈ। ਉਹ ਤਾਂ ਤੇਰੀ ਵੀ ਗੱਲ ਠੀਕ ਆ, ਪਰ ਅਸੀਂ ਮੁੰਡੇ ਤੋਂ ਬਗੈਰ ਨੀ ਤੈਨੂੰ ਬੁਲਾ ਸਕਦੇ। ਚੱਲ ਮੰਮੀ, ਕੋਈ ਗੱਲ ਨੀ, ਤੁਹਾਡੀ ਮਰਜ਼ੀ ਹੈ। ਆਹੋ, ਮੁੰਡੇ ਦਾ ਮੁੰਡਾ ਆਖੂਗਾ ਤੇ ਚੱਲ ਜੀ, ਜੇ ਆਖੂਗਾ ਨਹੀਂ ਜਾਣਾ ਤੇ ਫੇਰ ਨਹੀਂ ਜਾਣਾ। ਚੱਲ ਤੁਸੀਂ ਇੱਕ ਵਾਰ ਫੇਰ ਪੁੱਛ ਕੇ ਦੇ ਲਿਓ ਕੁਲਵਿੰਦਰ ਨੂੰ। ਪੁੱਛ ਲਾਂਗੇ, ਫੇਰ ਪੁੱਛ ਲਾਂਗੇ, ਕੋਈ ਨੀ। ਹਾਂਜੀ, ਚਲੋ ਠੀਕ ਹੈ, ਰੋਟੀ ਬਣ ਗਈ ਤੇ ਤੂੰ ਇੱਕ ਲਿਆ ਦਾ ਤੈਨੂੰ। ਆਹੋ, ਰੋਟੀ ਖਾਣੇ ਆ, ਜਿਹੜੀ ਠਹਿਰ ਕੇ ਨਹਾ ਨਹੂ ਕੇ ਖਾਣੇ। ਜੂਸ ਲੱਗੀ ਬਣਾਉਣ ਤੇ ਨਹਾ ਕੇ ਰੋਟੀ ਖਾ ਲਿਓ, ਤਾਂ ਹੁਣ ਤੁਸੀਂ ਜੂਸ ਪੀ ਲਓ ਫੇਰ ਪਹਿਲਾਂ। ਕੋਈ ਨੀ, ਪੀ ਲੈਨੇ ਆ, ਬੱਚਿਆਂ ਨੂੰ ਵੀ ਦੇ। ਚਲੋ ਠੀਕ ਆ, ਚੰਗਾ। ਸਰਦਾਰ ਜੀ, ਹਾਂਜੀ, ਉੱਠੋ, ਕੀ ਗੱਲ ਆ? ਮੰਮੀ ਡੈਡੀ ਨੂੰ ਪੁੱਛਿਆ ਨੀ? ਉਹ ਮੰਮੀ ਡੈਡੀ ਨੂੰ ਤੂੰ, ਮੈਂ ਪੁੱਛਿਆ ਵਾ, ਫੇਰ ਮੈਂ ਗੱਲ ਕਰ ਲੈਣਾ ਕਿੰਨੀ ਕਰੀ। ਪੁੱਛੋ ਫੇਰ, ਪੁੱਛਣਾ ਕਦੋਂ ਆ, ਜਦੋਂ ਦੋਵੇਂ ਘੁੰਮਣ ਆ ਜਾਂਦੇ ਜੀ ਦਾ। ਚੱਲ ਤੈਨੂੰ ਗੱਲ ਕਰਨ ਦੀ ਲੋੜ ਨੀ, ਮੈਂ ਆਪੇ ਪੁੱਛ ਕੇ ਤੈਨੂੰ ਦੱਸ ਦੂੰਗਾ। ਮੈਂ ਤਾਂ ਇੱਕ ਵਾਰ ਮੰਮੀ ਹੋਣਾਂ ਨੂੰ ਪੁੱਛ ਲਿਆ। ਕੀ ਕਹਿੰਦੇ? ਉਹ ਕਹਿੰਦੇ ਕੁਲਵਿੰਦਰ ਨੂੰ ਪੁੱਛ ਕੇ ਦੱਸ ਦਿਆਂ। ਤੂੰ ਨਾ ਪੁੱਛਿਆ ਕਰ, ਮੈਂ ਆਪੇ ਪੁੱਛ ਲੂੰਗਾ ਉਹਨਾਂ ਨੂੰ। ਮੈਨੂੰ ਪਤਾ ਤੁਸੀਂ ਜਿੰਨਾ ਕੁ ਪੁੱਛਣਾ ਵਾ। ਸਮਾਂ ਨੂੰ ਪੁੱਛ ਕੇ ਮੈਂ ਤੈਨੂੰ ਚੰਗੀ ਤਰ੍ਹਾਂ ਦੱਸ ਦਿੰਦਾ ਵਾ, ਪੇਮੈਂਟ ਤੈਨੂੰ ਮਿਲਦੀ ਆ, ਚਾਹੇ ਮੈਂ ਆਪ ਤਾਰ ਕੇ ਆਉਣੀ ਆ ਫੀਸ। ਮੇਰਾ ਕਹਿੰਦਾ ਹੈ ਕਿ ਮੈਂ ਖੁਦ ਜਾਣੀ ਨਾਲ ਟੀਚਰ ਨੂੰ ਪੁੱਛਾਂਗੀ। ਹੋਊ ਕੋਈ ਸ਼ੱਕ ਵਹਿਮ ਉਹਨਾਂ ਨੂੰ ਜਿਹੜੇ ਨਹੀਂ ਤੈਨੂੰ ਫੀਸ ਦਿੰਦੇ? ਮੇਰੇ ਤੇ ਕਹਿੰਦਾ ਇਹਨਾਂ ਨੂੰ ਸ਼ੱਕ ਵਹਿਮ। ਮੈਂ ਤਾਂ ਜਿਹੜੇ ਫੇਰ ਡਿਊਟੀ ਤੇ ਚੱਲ ਜਾਣਾ ਵਾ ਤੇ ਆਪੇ ਜਾ ਕੇ ਤਾਰ ਹੋਣਗੇ ਉਹ, ਤੇ ਜਾਏ ਫਿਰ ਜੇ ਤੇਰਾ ਕਹਿਣਗੇ ਤੇ ਫਿਰ ਤੂੰ ਚੱਲੀ। ਉਹਨਾਂ ਨੂੰ ਇਹੋ ਹੀ ਆ, ਜਿਹੜੇ ਸਾਡਾ ਸੂਟ ਬਣਾ ਕੇ ਲਿਆਉਣੇ ਆ। ਤਾਂ ਤੂੰ ਬਣਾਉਂਦੀ ਆਉਂਗੀ, ਫਿਰ ਹੀ ਉਹਨਾਂ ਨੂੰ ਸ਼ੱਕ ਪੈਂਦਾ। ਤੇ ਮੈਨੂੰ ਵੀ ਜ਼ਰੂਰਤ ਆ ਨਾ, ਮੈਂ ਵੀ ਇੱਕ ਸੂਟ ਬਣਾ ਲਿਆਉਂ ਤੇ ਫਿਰ ਕੀ ਆ। ਮੈਂ ਕੋਈ ਨੀ, ਤੈਨੂੰ ਪੁੱਛ ਦਿੰਦਾ ਮੈਂ, ਸਾਮਾਨ ਕਰ ਲੈਣਾ ਮੈਂ ਪਤਾ ਡੈਡੀ ਨਾਲ ਮੰਮੀ ਨਾਲ ਗੱਲ ਕਰਕੇ, ਫੇਰ ਤੈਨੂੰ ਮੈਂ ਦੱਸ ਦਿੰਦਾ। ਆਪਾਂ ਦੋਵੇਂ ਜਾਣੇ ਚੱਲ ਜਾਂਗੇ, ਬਹੁਤੀ ਗੱਲ ਉੱਥੇ ਨਾਲ ਤੇ ਮੈਂ ਕੰਮ ਤੇ ਚੱਲ ਜਾਣਾ, ਮੈਂ ਮੇਰੇ ਕੋ ਕਿੱਥੋਂ ਟਾਈਮ ਲੱਗਣਾ। ਤੇ ਫਿਰ ਮੈਂ ਕੱਲੀ ਚੱਲ ਜੂੰਗੀ। ਮੈਂ ਕੱਲੀ ਚੱਲ ਜੀ, ਮੈਨੂੰ ਪੁੱਛ ਲੈਂਦੇ ਕੀ ਕਹਿੰਦੇ ਡੈਡੀ ਨੇ। ਆਹੋ, ਡੈਡੀ ਨੂੰ ਪੁੱਛ ਕੇ ਤਾਂ ਦੱਸ ਦਿਓ। ਠੀਕ ਆ, ਕਮਾਈ ਤੇ ਤੁਸੀਂ ਕਰਦੇ ਜੇ, ਤੇ ਹੱਥ ਮੈਂ ਉਹਨਾਂ ਦਾ ਲੈ ਜਾਂਦੀ ਫਿਰਦੀ ਆ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਤੁਸੀਂ ਕਰਦੇ ਕੀ ਤੇ ਸੋਚਦੇ ਕੀ ਹੋ। ਇਹ ਸੰਦੀਪ ਪੜ੍ਹਾ ਲਿਖਾ ਕੇ ਉਹਨਾਂ ਮੈਨੂੰ ਕੰਮ ਤੇ ਲਵਾਇਆ ਵਾ,
ਤੇ ਤੂੰ ਨਾ ਉਹਨਾਂ ਨੂੰ ਪੈਸੇ ਪੁੱਛ, ਮੈਂ ਆਪੇ ਪੁੱਛ ਲੂਗਾ। ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਇੰਨੀ ਗੱਲ ਚੰਗੀ ਨੀ ਲੱਗਦੀ ਕਿ ਹਰ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਕੰਮ ਤੇ ਲਵਾਉਂਦੇ ਹੀ ਆ, ਤੁਹਾਨੂੰ ਬਹੁਤ ਅਲੋ ਕਰਦੀ ਇਹਨਾਂ ਨੇ ਲਵਾਇਆ। ਸਹਿਜੇ ਸਹਿਜੇ ਸਾਰਾ ਕੁਛ ਸੈੱਟ ਹੁੰਦਾ ਹੁੰਦਾ ਵਾ, ਇੱਕਦਮ ਥੋੜੀ ਹੋਣਾ ਵਾ, ਮਜੇ ਮਜੇ ਉਹਨਾਂ ਨਾਲ ਪੁੱਛਦਾ ਵਾ ਥਾਮਾਂ ਨੂੰ ਵੀ ਕੀ ਕਹਿੰਦੇ ਕਿੱਥੋਂ ਬੋਲਦੇ ਆ। ਬੱਚਿਆਂ ਨੇ ਕੱਪੜੇ ਚਾਹੀਦੇ, ਕੋਈ ਨੀ ਬਣਾ ਦਿੰਦੇ ਮੈਂ ਕਰਦਾ ਗੱਲ, ਤੈਨੂੰ ਮੈਂ ਕਹਿ ਲਿਆ ਗੱਲ ਕਰਦੇ ਨੂੰ ਗੱਲ ਕਰਕੇ ਤੇ ਦੱਸੋ ਫਿਰ ਉਹ ਕਹਿੰਦੇ ਅਸੀਂ ਕੱਪੜੇ ਬਣਾ ਕੇ ਲਿਆਵਾਂਗੇ ਬੱਚਿਆਂ ਦੇ ਵੀ ਤੁਹਾਡੇ ਵੀ। ਅੱਛਾ, ਉਹਨਾਂ ਨੂੰ ਖੁਦ ਇਹ ਵੀ ਸੋਚਣਾ ਚਾਹੀਦਾ ਨਾ ਵੀ ਇਹਨੂੰ ਜਾਣ ਦਿਓ। ਚੱਲ ਪੁੱਛ ਲੈਣਾ ਹੋਰ ਗੱਲ ਕਰਦਾ ਗੱਲ ਉਹਦੇ ਨਾਲ, ਪੁੱਛਣ ਦੀ ਤੁਹਾਨੂੰ ਲੋੜ ਵਾ ਤੁਸੀਂ ਪੁੱਛੋ ਠੀਕ। ਹਾਂ ਵੇਖ ਲਾ ਕੀ ਕਰਦੇ ਆ, ਬੱਚਿਆਂ ਨੇ ਵੀ ਪਸੰਦ ਆਉਂਦੇ ਹਾਂ ਹੈਗੇ ਬਾਹਰ ਕੇ ਵੇਖ ਲਾ ਮਾਂ ਬਾਰਾ ਬਾਜ ਤੇ ਇਹਨਾਂ ਗਿਆ ਬੰਬੀਆਂ ਨੂੰ ਮੰਮੀ ਤੇ ਡੈਡੀ ਜੋ ਗਏ ਆ ਬੱਚੇ ਦੇ ਪਾਉਣ। ਅੱਛਾ ਹਾਂਜੀ, ਜਾ ਮਾਰੀ ਬਾਜ ਨੂੰ ਕਹਿ ਸੱਦਣ ਗਿਆ ਅੰਦਰ ਵੇਲੀ ਗਏ ਆ। ਹਾਂ ਮਾਰੀ ਬਾਜ ਜਾਂ ਮਾਰਦੀ ਆ ਮੈਂ ਮਾਰ ਮਾਰਦੀ ਠੀਕ ਆ। ਸਬਜੀ ਬਣਾ ਕੇ ਚਲ ਗਈ, ਭਾਂਡੇ ਕਿੰਨੇ ਮਾਂਜਣੇ ਸੀ, ਗੁਆਂਢੀਆਂ ਨੇ 10 ਮਾਂਜਣੇ ਸੀ ਆਣ ਕੇ। ਮਾਦਾ ਉਹ ਕਹਿਣ ਦੀ ਵੀ ਮੈਂ ਤੀਰ ਤਾਰਨ ਜਾਣਾ ਵਾ ਸਵੇਰੇ। ਕੁਲਵਿੰਦਰ ਸਿੰਘ ਤੂੰ ਨਿਆਣਾ ਵਾ, ਨਵਾਂ ਧੀਆਂ ਚੰਗੀਆਂ ਲੱਗਦੀਆਂ ਫਿਰਦੀਆਂ, ਸਕੂਲਾਂ ਦੇ ਵਿੱਚ ਚਲ ਗਈਆਂ, ਰੋਡਾਂ ਤੇ ਚੜ ਗਈਆਂ, ਸਾਨੂੰ ਨੀ ਇਹ ਕੰਮ ਚੰਗੇ ਲੱਗਦੇ। ਆਂਦੇ ਨੇ ਮੈਂ ਆਪਣਾ ਸੂਟ ਬਣਾ ਲਿਆ, ਮੈਂ ਤਾਂ ਤੂੰ ਬਣਾ ਕੇ ਲਿਆਦੀ ਨਾ ਉਹਦੇ ਸਵੇਰੇ ਨਾਲ ਇੱਕ ਨੂੰ। ਚੱਲ ਮੈਨੂੰ ਆਖੂਗੀ ਤੇ ਮੈਂ ਬਣਾ ਕੇ ਲਿਆ ਦੂੰਗੀ। ਅੱਛਾ ਆਹੋ, ਏਦਾਂ ਨੀ ਅਸੀਂ ਨਵਾਂ ਧੀਆਂ ਨੀ ਸਿਰ ਨਕਲਾਉਂਦੇ ਹੁੰਦੇ। ਡੈਡੀ ਕਿੱਥੇ ਗਿਆ ਵਾ? ਡੈਡੀ ਪੱਠੇ ਪਾਉਣ ਗਿਆ ਹੋਣਾ। ਮੈਂ ਉਹਨੂੰ ਵੀ ਪੁੱਛ ਲਿਆ ਕਰੀ ਪੈਸੇ ਦਿੰਦਾ ਕਿ ਨਹੀਂ। ਪੁੱਛ ਲਾ, ਪੁੱਛ ਕੇ ਪੁੱਛ ਕੇ ਡੈਡੀ ਜੀ ਆ ਗਿਆ। ਉਹ ਕਹਿਣ ਡਈ ਮੈਂ ਪਾਕਿਸਤਾਨ ਠਹਿਰੇ ਜਾਣਾ ਵਾ। ਉਹ ਮੈਂ ਚੈੱਕ ਤੇ ਪੈਸੇ ਥੋੜੇ ਪਾਏ ਆ ਆਂਟੀਏ ਨੇ। ਅੱਛਾ, ਉਹਨੇ ਰੱਖ ਲਿਆ ਵਾ 8-9 ਹਜ਼ਾਰ ਰੁਪਇਆ। ਅੱਛਾ, ਉਹ ਨਾਲੇ ਤੇ ਉੱਥੋਂ ਪੈਸੇ ਲੈ ਲੂ, ਨਾਲੇ ਮੈਂ ਆਪੇ ਤਾਰ ਆਊ, ਬਹੁਤ ਮਾਨਣਾ ਤੁਸੀਂ। ਚੱਲ ਏਦਾਂ ਕਰ ਲਾ ਫਿਰ, ਮੇਰੀ ਸੁਣ ਲਾ ਗੱਲ, ਐਵੇਂ ਬਹੁਤਾ ਕਿੜਕਿੜ ਕਰਨ ਦੀ ਲੋੜ ਨੀ ਗੀ। ਮੈਂ ਦੋਵਾਂ ਨੂੰ ਪੁੱਛ ਲਿਆ, ਉਹ ਆਂਦੇ ਸੀ ਆਪੇ ਤਾਰ ਆਵਾਂਗੇ ਫੀਸਾਂ ਤੇ, ਆਪੇ ਜੋ ਕਰਨਾ ਉਹ ਕਰ ਦਾਂਗੇ, ਫਿਰ ਮਾਂ ਦਾ ਘਰ ਬਹਿ ਜਾ ਆਪਣਾ ਘਰ ਦਾ ਕੰਮ ਕਰੀ ਜਾ ਠੀਕ ਆ। ਜ਼ਿੰਮੇਵਾਰੀ ਸਗੋਂ ਨਾ ਚੁੱਕੀ, ਉਹਨਾਂ ਆਪੇ ਸਾਰਾ ਕੁਝ ਕਰ ਲੈਣਾ ਵਾ। ਮੇਰੇ ਬੱਚੇ ਵੀ ਤੁਹਾਡੇ ਵੀ ਆ, ਮੇਰੇ ਤੈਨੂੰ ਕੱਪੜੇ ਵੀ ਉਹਨਾਂ ਬਣਾ ਦੇਣੇ, ਫੀਸਾਂ ਵੀ ਤਾਰ ਲੈਣੀਆਂ ਵਾ, ਅਸੀਂ ਐਵੇਂ ਭੱਜੇ ਫਿਰਾਂਗੇ, ਮੈਂ ਆਪਣੀ ਡਿਊਟੀ ਕਰਨ ਡਿਆ, ਤੂੰ ਆਪਣਾ ਘਰ ਦਾ ਕੰਮ ਕਰੀ ਜਾ, ਉਹਨਾਂ ਆਪੇ ਬਾਹਰ ਦਾ ਲਈ ਫਿਰਨਾ, ਦੋਵਾਂ ਜੀਆਂ ਨੇ ਸਾਰਾ ਕੰਮ ਕਰਦੇ ਆ ਠੀਕ ਆ, ਤੂੰ ਆਪਣਾ ਘਰ ਦਾ ਕੰਮ ਕਰ। ਚਲ ਠੀਕ ਆ, ਇਹ ਬੰਦੇ ਨੇ ਨੀ ਮੇਰੀ ਮੰਨਣੀ, ਜੋ ਕਰਦੇ ਆ ਕਰਦੇ ਰਹਿਣ ਦਿੰਦੀ ਆ, ਮੈਂ ਆਪਣੇ ਦਿਮਾਗਾਂ ਤੋਂ ਖਰਚ ਕਰਨਾ, ਇਹਦੇ ਬੱਚੇ ਆ ਤੇ ਮੇਰੇ ਵੀ ਆ, ਮੈਨੂੰ ਕਿਹੜੇ ਜਿਆਦਾ ਪਿਆਰੇ ਆ, ਜੇ ਇਹਨਾਂ ਨੀ ਆ ਤੇ ਜਦੋਂ ਮੈਂ ਨੀ ਆ ਉਦੋਂ ਮੇਰੇ ਆਖੇ ਤੇ ਕੋਈ ਵੀ ਨੀ ਲੱਗਦਾ। ਉਹ ਪਤਾ ਨੀ ਲੋਕਾਂ ਦੇ ਬੰਦੇ ਕਿੱਦਾਂ ਦੇ ਆ, ਜਿਹੜੀ ਜਨਾਨੀਆਂ ਦੀ ਝੱਟ ਗੱਲ ਮੰਨ ਲੈਂਦੇ, ਮੇਰਾ ਬੰਦਾ ਇੰਨਾ ਅੜਬ ਮੈਂ ਤੇ ਕਦੀ ਸੋਚਿਆ ਨੀ, ਇਹ ਤੇ ਕਿਤੇ ਮੇਰੀ ਮਾਸਾ ਜਿੰਨੀ ਗੱਲ ਨੀ ਮੰਨਦਾ, ਮੈਂ ਤੇ ਆਪਣੀ ਮਨ ਪਸੰਦ ਦਾ ਸੂਟ ਵੀ ਨੀ ਬਾਜ਼ਾਰ ਚੋਂ ਕੱਲੀ ਜਾ ਕੇ ਲਿਆ ਸਕਦੀ, ਉਹ ਵੀ ਆਂਦੇ ਸਾਡੇ ਨਾਲ ਹੀ ਆਊਗੀ ਤੇ ਲੈ ਕੇ ਆਊਗੀ। ਆਪੇ ਜ਼ਿੰਮੇਵਾਰੀਆਂ ਚੁੱਕਣ, ਮੈਨੂੰ ਵੀ ਚੁੱਕਣ ਦੀ ਲੋੜ ਆ, ਸੌਦਾ ਵੀ ਇਹ ਲਿਆਉਣ ਡੇ ਆ, ਲੀੜਾ ਲੱਤਾ ਵੀ ਹੁਣ ਇਹ ਲਿਆ ਕੇ ਆਇਆ ਕਰਨ, ਮੈਨੂੰ ਕੀ ਲੋੜ ਆ ਵਿੱਚ ਇਹਨਾਂ ਦੇ ਆਉਣ ਦੀ। ਤੇ ਜਦੋਂ ਬੰਦੇ ਨੇ ਨੀ ਮੇਰੀ ਸੁਣਨੀ ਤੇ ਮੈਂ ਕਿਸੇ ਨੂੰ ਕੀ ਕਹਿਣਾ। ਆਪੇ ਸਕੂਲੇ ਇਹਨਾਂ ਦਾ ਨੰਬਰ ਲਿਖਾਉਣੀ ਡੈਡੀ ਮੰਮੀ ਦਾ, ਤੇ ਉਹ ਆਪੇ ਟੀਚਰ ਇਹਨਾਂ ਨੂੰ ਫੋਨ ਕਰਿਆ ਕਰੂੰਗੀ, ਨਾਪ੍ਰੀਤ ਕੋ ਨੰਬਰ ਕਢਾਉਣੀ ਲਿਖਾ ਕੇ ਵੀ ਆਹ ਐਡ ਕਰ ਦੋ, ਨਾਪ੍ਰੀਤ ਨੂੰ ਕਹਿੰਦੀ। ਨਾਪ੍ਰੀਤ ਹਾਂਜੀ, ਉਹ ਪੁੱਤ
ਹਾਂਜੀ ਕੱਲ ਨੂੰ ਮੇਰੀ ਜਿਹੜੀ ਟੀਚਰ ਆ ਨਾ ਹਾਂਜੀ ਓਹਨੂੰ ਨੰਬਰ ਦਾਦੀ ਦਾਦੇ ਦਾ ਦੇ ਕੇ ਆਉਣਾ ਵਾ ਹਾਂਜੀ ਮੇਰਾ ਰਜਿਸਟਰ ਤੋਂ ਨੰਬਰ ਕਟਾਵੀ ਤੇ ਦਾਦੀ ਦਾਦੇ ਦਾ ਜਿਹੜਾ ਉਹ ਦੇਵੀ ਠੀਕ ਹਾਂ ਤੇ ਫੀਸਾਂ ਦਾ ਜਿਹੜਾ ਫੋਨ ਆ ਉਹ ਦਾਦੀ ਦਾਦੇ ਨੂੰ ਆਇਆ ਕਰੂੰਗਾ ਤੇ ਦਾਦੀ ਦਾਦਾ ਹੀ ਆਪੇ ਤਾਰ ਆਇਆ ਕਰਨਗੇ ਤੇ ਤੁਸੀਂ ਨਹੀਂ ਜਾਣਾ ਕਰਨ ਤੁਸੀਂ ਕਹਿੰਦੇ ਸੀ ਮੈਂ ਜਾਣਾ ਵਾ ਨਹੀਂ ਪੁੱਤ ਮੈਂ ਨਹੀਂ ਜਾਣਾ ਨਾ ਤੇਰੇ ਪਾਪਾ ਮੰਨਦੇ ਆ ਨਾ ਦਾਦੀ ਦਾਦਾ ਹੀ ਮੰਨਦੇ ਆ ਕਿਉਂ ਓਦਾਂ ਹੀ ਅਸੀਂ ਨਹੀਂ ਜਾਣਾ ਦਾਦੀ ਦਾਦਾ ਆਉਣਗੇ ਚੰਗਾ ਕੱਲ ਨੂੰ ਤੇਰੀ ਫੀਸ ਆ ਜਾਣਗੇ ਠੀਕ ਆ ਤੇ ਮੇਰੇ ਬੂਟ ਵੀ ਲੈਣ ਆ ਲੈਣਾ ਮੈਂ ਸਕੂਲ ਦੇ ਉਹ ਕੋਈ ਨੀ ਤੂੰ ਦਾਦੀ ਦਾਦੇ ਨੂੰ ਕਹੀ ਉਹ ਲੈ ਲੈਣਗੇ ਠੀਕ ਆ ਹਾਂ ਚਲੋ ਠੀਕ ਆ ਫਿਰ ਹੈ ਕੱਪੜੇ ਹੈ ਨੀ ਸਾਨੂੰ ਦੱਸ ਅਸੀਂ ਤੈਨੂੰ ਲਿਆ ਕੇ ਦੇਵਾਂਗੇ ਠੀਕ ਆ ਅਸੀਂ ਕਦੀ ਨਵਾਂ ਧੀਆਂ ਨੂੰ ਬਾਹਰ ਨਿਕਲਾਇਆ ਜੇ ਤੈਨੂੰ ਤੇਰੀ ਜਰੂਰਤ ਜਿੱਥੇ ਬਹੁਗੀ ਉੱਥੇ ਤੈਨੂੰ ਨਾਲ ਖੜਾਂਗੇ ਚਲੋ ਠੀਕ ਹੈ ਮੰਮੀ ਜੀ ਕੋਈ ਗੱਲ ਨੀ ਚਲੋ ਕੋਈ ਨੀ ਤੁਸੀਂ ਤਾਰ ਆਯੋ ਠੀਕ ਆ